ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਦੇਖ ਰਹੇ ਹੋ ਦ ਪੰਜਾਬ ਲਾਈਵ। ਅੱਜ ਦਾ ਆਪਣਾ ਕਥਾ ਵਿਚਾਰ ਦਾ ਵਿਸ਼ਾ ਸ਼ੁਰੂ ਕਰਨ ਤੋਂ ਪਹਿਲਾਂ ਸਾਰਿਆਂ ਅੱਗੇ ਬੇਨਤੀ ਹੈ ਕਿ ਇਸ ਵੀਡੀਓ ਨੂੰ ਲਾਈਕ, ਸ਼ੇਅਰ ਅਤੇ ਸਬਸਕ੍ਰਾਈਬ ਜ਼ਰੂਰ ਕਰੋ। ਕਮੈਂਟ ਬੋਕਸ ਵਿੱਚ ਜਾ ਕੇ ਵਾਹਿਗੁਰੂ ਜੀ ਜ਼ਰੂਰ ਲਿਖੋ ਅਤੇ ਆਪਣੀ ਰਸਨਾ ਨਾਲ ਵੀ ਵਾਹਿਗੁਰੂ ਜੀ ਬੋਲ ਕੇ ਆਪਣੀ ਰਸਨਾ ਨੂੰ ਪਵਿੱਤਰ ਕਰੋ। ਫਿਰ ਆਓ ਅੱਜ ਦੇ ਇਸ ਕਥਾ ਵਿਚਾਰ ਵਿਸ਼ੇ ਦੀ ਸਾਂਝ ਪਾਉਂਦੇ ਹਾਂ। ਇੱਕ ਵਾਰ ਇੱਕ ਸੇਠ ਸੀ, ਉਸ ਦੇ ਘਰ ਇੱਕ ਚਿੜੀ ਨੇ ਇੱਕ ਰੁੱਖ ਦੇ ਉੱਤੇ ਆਲਣਾ ਬਣਾ ਲਿਆ। ਕੁਝ ਸਮਾਂ ਲੰਘਿਆ, ਉਸ ਸੇਠ ਦੇ ਘਰ ਇੱਕ ਪੁੱਤ ਦੀ ਦਾਤ ਵਾਹਿਗੁਰੂ ਜੀ ਨੇ ਬਖਸ਼ ਦਿੱਤੀ। ਉੱਧਰ ਚਿੜੀ ਦੇ ਆਲਣੇ ਵਿੱਚ ਵੀ ਇੱਕ ਨਿੱਕਾ ਜਿਹਾ ਬੋਟ ਖੇਡਣ ਲੱਗਾ। ਉਹ ਜੋ ਚਿੜੀ ਸੀ ਉਹ ਸੇਠ ਦੇ ਜਵਾਕ ਦਾ ਵੀ ਓਨਾ ਮੋਹ ਕਰਦੀ ਸੀ ਜਿੰਨਾ ਉਹ ਆਪਣੇ ਜਵਾਕ ਦਾ ਕਰਦੀ ਸੀ। ਇੱਕ ਦਿਨ ਜਦੋਂ ਚਿੜੀ ਦਾਣਾ ਚੁਗਣ ਲਈ ਆਲਣੇ ਵਿੱਚ ਨਹੀਂ ਸੀ, ਕਿਤੇ ਦੂਰ ਦੁਰਾਡੇ ਗਈ ਸੀ, ਤਾਂ ਪਿੱਛੋਂ ਸੇਠ ਦੇ ਬੱਚੇ ਨੂੰ ਕਿਸੇ ਨੇ ਚਿੜੀ ਦਾ ਜਵਾਕ ਕੱਢ ਕੇ ਅਤੇ ਦੇ ਦਿੱਤਾ। ਜਦੋਂ ਜਵਾਕ ਖੇਡਣ ਲੱਗਾ ਉਹਨੇ ਜ਼ੋਰ ਦੀ ਗਲਾ ਫੜ ਲਿਆ, ਜਿਸ ਕਾਰਨ ਉਹ ਚਿੜੀ ਦਾ ਬੋਟ ਅਕਾਲ ਚਲਾਣੇ ਕਰ ਗਿਆ। ਜਦੋਂ ਚਿੜੀ ਵਾਪਸ ਆਈ, ਵੇਖਿਆ ਵੀ ਜਿਹੜਾ ਉਹਦਾ ਬੋਟ ਆ ਉਹ ਥੱਲੇ ਜਿਹੜਾ ਸੀ ਅਕਾਲ ਚਲਾਣੇ ਕੀਤੇ ਪਿਆ ਸੀ। ਉਹ ਨਿੱਕਾ ਜਿਹਾ ਮਾਸੂਮ ਧਰਤ 'ਤੇ ਲੇਟਿਆ ਹੋਇਆ ਸੀ। ਬੜੀ ਜ਼ੋਰ ਜ਼ੋਰ ਨਾਲ ਉਹਨੇ ਵਿਰਲਾਪ ਕੀਤਾ, ਸੇਠ ਨੂੰ ਕਿਹਾ, ਉਹ ਸੇਠ ਤੂੰ ਸ਼ਾਇਦ ਭੁੱਲ ਗਿਆ ਭੁੱਖੇ ਮਨੁੱਖ ਦੀ ਜੋ ਕਾਫੀ ਸਮੇਂ ਤੋਂ ਆਪਣੇ ਘਰ ਰਹਿ ਰਿਹਾ ਹੋਵੇ, ਉਹਨਾਂ ਸਭ ਦੀ ਮਦਦ ਕਰਨੀ ਚਾਹੀਦੀ ਹੈ, ਪਰ ਤੂੰ ਤਾਂ ਹੱਥੀਂ ਪਾਪ ਕੀਤਾ। ਜਦੋਂ ਉਹਨੇ ਇਹ ਕਿਹਾ ਤਾਂ ਇੱਕਦਮ ਸੇਠ ਦੇ ਜਵਾਕ ਦੀਆਂ ਅੱਖਾਂ ਨੂੰ ਆਪਣੇ ਪੰਜੇ ਮਾਰ ਕੇ ਅਤੇ ਉੱਥੋਂ ਭੱਜ ਗਈ। ਹੁਣ ਸੇਠ ਲਾਲ ਪੀਲਾ ਹੋ ਰਿਹਾ ਸੀ, ਪਰ ਮਨ ਵਿੱਚ ਵਿਚਾਰ ਆਇਆ ਇਹਦਾ ਤਾਂ ਜਿੰਦਾ ਹੈ, ਉਹਦਾ ਜਵਾਕ ਤਾਂ ਅਕਾਲ ਚਲਾਣੇ ਕਰ ਗਿਆ, ਭਾਵ ਇਹ ਤਾਂ ਜਿੰਦਾ ਹੈ ਉਹਦਾ ਤਾਂ ਅਕਾਲ ਚਲਾਣੇ ਕਰ ਗਿਆ। ਚਿੜੀ ਰੁੱਖ 'ਤੇ ਬੈਠੀ ਸੀ। ਸੇਠ ਕਹਿੰਦਾ, ਸ਼ਾਂਤ ਹੋ ਕੇ ਤੈਨੂੰ ਜੋ ਠੀਕ ਲੱਗਾ ਤੂੰ ਕੀਤਾ, ਕਿਉਂ ਨਾ ਹੁਣ ਆਪਾਂ ਫਿਰ ਤੋਂ ਇੱਕ ਦੂਜੇ ਨਾਲ ਉਵੇਂ ਹੀ ਰਹੀਏ। ਸੇਠ ਨੇ ਜਦੋਂ ਇਹ ਗੱਲ ਕਹੀ ਤਾਂ ਚਿੜੀ ਕਹਿੰਦੀ, ਮੈਂ ਵੀ ਗਲਤ ਕੀਤਾ, ਮੈਂ ਹੁਣ ਇਹ ਪਾਪ ਕਰ ਇੱਥੇ ਨਹੀਂ ਰਹਿਣਾ ਚਾਹੁੰਦੀ। ਕਿਹਾ ਜਾਂਦਾ ਹੈ ਹਰ ਉਹ ਚੀਜ਼ ਜੇ ਖੋਟੇ ਹੋਣ ਦਾ ਅਹਿਸਾਸ ਕਰਾਏ ਉਹਨੂੰ ਹਮੇਸ਼ਾ ਉਸ ਤੋਂ ਦੂਰੀ ਬਣਾ ਲੈਣੀ ਚਾਹੀਦੀ ਹੈ, ਕਿਉਂਕਿ ਗਲਤ ਸਾਥੀ ਨਾਲ ਪਿਆਰ ਨਹੀਂ ਰਹਿੰਦਾ, ਮਾੜੀ ਔਲਾਦ ਤੋਂ ਕਦੇ ਸਤਿਕਾਰ ਨਹੀਂ ਮਿਲ ਸਕਦਾ, ਗਲਤ ਮਨੁੱਖ ਤੋਂ ਕਦੇ ਵੀ ਕਿਸੇ ਚੀਜ਼ ਦੀ ਆਸ ਨਹੀਂ ਕਰ ਸਕਦੇ ਆਪਾਂ, ਚੁਗਲਖੋਰ ਮਨੁੱਖ ਤੋਂ ਕਦੇ ਵੀ ਆਪਾਂ ਭਰੋਸਾ ਨਹੀਂ ਕਰ ਸਕਦੇ, ਕਿਉਂਕਿ ਉਹ ਤਾਂ ਆਪਣੀਆਂ ਜੜ੍ਹਾਂ ਤੱਕ ਨੂੰ ਦਾਤਰੀ ਫੇਰੀ ਰੱਖਦਾ, ਉਹ ਤਾਂ ਆਪਣਾ ਫਿਰ ਕਿਵੇਂ ਸਕਾ ਹੋਇਆ। ਇਹ ਗੱਲ ਹਮੇਸ਼ਾ ਯਾਦ ਰੱਖਿਓ, ਆਪਾਂ ਜੇ ਵੈਰ ਨੂੰ, ਅੱਗ ਨੂੰ ਅਤੇ ਕਰਜ਼ੇ ਨੂੰ ਥੋੜ੍ਹਾ ਜਿਹਾ ਵੀ ਰਹਿਣ ਦਿੱਤਾ ਤਾਂ ਕੁਝ ਸਮੇਂ ਵਿੱਚ ਹੀ ਇਹ ਫਿਰ ਇਕੱਠੇ ਹੋ ਵਧਣਾ ਸ਼ੁਰੂ ਹੋ ਜਾਂਦੇ ਨੇ। ਇਸ ਲਈ ਇਹਨਾਂ ਦੇ ਥੋੜ੍ਹੇ ਤੋਂ ਵੀ ਥੋੜ੍ਹੇ ਨੂੰ ਕਦੇ ਨਾ ਛੱਡੋ। ਜੋ ਮਨੁੱਖ ਮਨ ਵਿੱਚ ਵੈਰ, ਨਫ਼ਰਤ ਅਤੇ ਮੂੰਹ ਤੋਂ ਮਿੱਠਾ ਬੋਲਦਾ ਉਹ ਹਮੇਸ਼ਾ ਧੋਖਾ ਦਿੰਦਾ ਹੀ ਹੈ। ਉਸ ਕੋਲ ਦੁਬਾਰਾ ਭਰੋਸੇ ਦੀ ਕਦੇ ਆਸ ਨਾ ਰੱਖੋ। ਜਿਵੇਂ ਵੱਧਦੇ ਹੋਏ ਪਾਣੀ ਦਾ ਵਹਾਅ ਰਾਹ ਵਿੱਚ ਆਉਣ ਵਾਲੇ ਰੁੱਖਾਂ ਨੂੰ ਥੱਲੇ ਸਿੱਟੀ ਜਾਂਦਾ, ਜੋ ਮਨੁੱਖ ਇਹਨਾਂ ਗੱਲਾਂ ਦਾ ਧਿਆਨ ਰੱਖਦਾ ਉਹ ਜ਼ਿੰਦਗੀ ਵਿੱਚ ਕਦੇ ਧੋਖਾ ਨਹੀਂ ਖਾਂਦਾ। ਇਹ ਸਭ ਕਹਿ ਚਿੜੀ ਉੱਥੋਂ ਉੱਡਣ ਸ਼ੁਰੂ ਹੋ ਗਈ। ਇਸ ਕਰਕੇ ਕਿਹਾ ਜਾਂਦਾ, ਹਮੇਸ਼ਾ ਦੂਜਿਆਂ 'ਤੇ ਦਇਆ ਵਿਖਾਓ, ਪਰਮਾਤਮਾ ਤੁਹਾਡੇ 'ਤੇ ਦਇਆ ਵਿਖਾਉਣਗੇ।